ਲੁਧਿਆਣਾ ਵਿੱਚ ਸ਼ਿਵ ਸੈਨਾ ਪੰਜਾਬ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਦੀ ਪੰਜਾਬੀ ਫਿਲਮ ਸ਼ਾਹਕੋਟ ਦੇ ਪੋਸਟਰ ਜਲਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਫਿਲਮ ਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਜੇਕਰ ਫਿਲਮ ਸਿਨੇਮਾ ਘਰਾਂ 'ਚ ਦਿਖਾਈ ਗਈ ਤਾਂ ਸਿਨੇਮਾ ਘਰਾਂ ਦੇ ਮਾਲਕਾਂ ਅੰਦਰ ਜਾ ਕੇ ਇਸ ਫਿਲਮ ਦਾ ਵਿਰੋਧ ਕੀਤਾ ਜਾਏਗਾ। ਇਸ ਤੋਂ ਇਲਾਵਾ ਸਿਨੇਮਾ ਘਰਾਂ ਦੇ ਪ੍ਰਬੰਧਕ ਜ਼ਿੰਮੇਦਾਰ ਹੋਣਗੇ। ਸਾਰਿਆਂ ਨਾਲ ਪਹਿਲੀ ਗੱਲ ਇਹ ਹੈ ਜੀ ਕਿ ਜਿਹੜੀ ਫਿਲਮ ਲੱਗ ਰਹੀ ਹੈ ਸ਼ਾਹਕੋਟ, ਇਹ ਫਿਲਮ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਚੱਲਣ ਦਿੱਤੀ ਜਾਏਗੀ, ਕਿਉਂਕਿ ਇਹਦੇ ਅੰਦਰ ਜਿਹੜੀ ਦੇਸ਼ ਭਗਤੀ ਜਿਹੜੀ ਪਾਕਿਸਤਾਨ ਪ੍ਰਤੀ ਭਾਵਨਾ ਜਾਗ ਰਹੀ ਹੈ। ਸਾਰਿਆਂ ਨਾਲ ਪਹਿਲਾਂ ਮੈਂ ਪੂਰੇ ਪੰਜਾਬ ਦੇ ਸ਼ਿਵ ਸੈਨਿਕਾਂ ਨੂੰ ਕਹਿ ਰਿਹਾ ਵਾਂ ਕਿ ਇਹਦਾ ਮੂੰਹ ਕਾਲਾ ਕੀਤਾ ਜਾਵੇ, ਸਾਡੇ ਸਾਰੇ ਥੀਏਟਰਾਂ ਦੇ ਵਿੱਚੋਂ ਜਿੰਨੇ ਵੀ ਹੈ। ਕੱਲ੍ਹ ਬਹੁਤ ਜਲਦੀ ਆਪਾਂ SSP ਕਮਿਸ਼ਨਰ ਸਾਹਿਬ ਨੂੰ ਮਨੋਰੰਜਨ ਦੇਵਾਂਗੇ ਕਿ ਇਹ ਫਿਲਮ ਨੂੰ ਬੈਨ ਕਰਾਇਆ ਜਾਵੇ, ਫਿਲਮ ਆਪਾਂ ਬਿਲਕੁਲ ਨਹੀਂ ਚੱਲਣ ਦੇਣੀ। ਔਰ ਮੈਂ ਕਹਿੰਦਾ ਕਿ ਪੰਜਾਬੀਆਂ ਨੂੰ ਹੱਥ ਜੋੜ ਕੇ ਮੈਂ ਤੁਹਾਡੇ ਚੈਨਲ 'ਤੇ ਅਪੀਲ ਕਰਦਾ ਕਿ ਗੁਰੂ ਰੰਧਾਵਾ ਜਿੱਥੇ ਵੀ ਇਹਦਾ ਪ੍ਰੋਗਰਾਮ ਲੱਗੇ ਇਹਦਾ ਮੂੰਹ ਕਾਲਾ ਕੀਤਾ ਜਾਵੇ, ਕਿਉਂਕਿ ਇਹ ਚੰਦ ਪੈਸੇ ਕਮਾਉਣ ਲਈ ਦੇਖੋ ਕਿੱਦਾਂ ਇਹ ਕਿੱਦਾਂ ਦੇਖੋ ਚੰਦ ਪੈਸੇ ਕਮਾਉਣ ਲਈ ਕਿੱਦਾਂ ਦੇਖੋ, ਮੈਨੂੰ ਇਹ ਸਮਝ ਨਹੀਂ ਆਉਂਦੀ ਇਹਨਾਂ ਅੰਦਰ ਕਿਹੜੀ ਭਾਵਨਾ ਹੈਗੀ ਹੈ। ਜਿਹੜੀ ਹਿੰਦੁਸਤਾਨ ਦੇ ਪ੍ਰਤੀ ਫਿਲਮ ਬਣਾਓ ਤੁਸੀਂ, ਕੋਈ ਵੀ ਬਣਾਉਣੀ ਹੈ, ਹਿੰਦੁਸਤਾਨ ਜਿੰਦਾਬਾਦ ਨਾਰੇ, ਹਿੰਦੁਸਤਾਨ ਦੇ ਬਾਰੇ ਕੁਛ ਵੀ, ਹਿੰਦੁਸਤਾਨ ਬਾਰੇ ਕੁਛ ਵੀ ਕਹੋ, ਫਿਲਮ ਬਣਾਓ ਤੁਸੀਂ ਜਾਣ ਕੇ, ਮੈਂ ਕਹਿੰਦਾ ਜਾਣ ਕੇ ਜਿਹੜੀ ਪਾਕਿਸਤਾਨ ਦੇ ਅੰਦਰ ਜਿਹੜੀ ਕੋਈ ਪ੍ਰੇਮ ਭਾਵਨਾ ਜਾਗੀ ਹੈ ਇਹਨੂੰ ਸ਼ਿਵ ਸੈਨਿਕ ਖਤਮ ਕਰਨਗੇ। ਐਮਰਜੈਂਸੀ ਫਿਲਮ ਵੀ ਚੱਲੇਗੀ, ਦੇਸ਼ ਭਗਤੀ ਦੀ ਫਿਲਮ ਹੈ, ਬਿਲਕੁਲ ਬੰਦ ਨਹੀਂ ਹੋਏਗੀ, ਕਿਉਂਕਿ ਇਹਦੀ ਫਿਲਮ ਬੰਦ ਕਰਾਉਣ ਲਈ ਮੈਂ ਆਲ ਪੰਜਾਬੀਆਂ ਨੂੰ ਕਹਿੰਦਾ ਕਿ ਪੰਜਾਬ ਦੇ ਵਿੱਚ ਇਹਦੀ ਫਿਲਮ ਨੂੰ ਅਸੀਂ ਬੈਨ ਕਰਾਵਾਂਗੇ ਔਰ ਇਹਦੀ ਗੁਰੂ ਰੰਧਾਵਾ ਦੀ ਫਿਲਮ ਸ਼ਾਹਕੋਟ ਬਿਲਕੁਲ ਨਹੀਂ ਚੱਲਣ ਦਾਂਗੇ, ਕਿਉਂਕਿ ਇਹਦਾ ਪਤਾ ਨਹੀਂ ਕੀ ਮਕਸਦ ਹੈ। ਮੈਂ ਨਹੀਂ ਜਾਣਦਾ ਇਹਦਾ DNA ਟੈਸਟ ਕਰਾਇਆ ਜਾਵੇ ਕਿ ਇਹ ਹਿੰਦੁਸਤਾਨੀ ਹੈ ਜਾਂ ਪਾਕਿਸਤਾਨੀ ਹੈ, ਕਿਉਂਕਿ ਇਹਨਾਂ ਨੇ ਇਹੀ ਸ਼ਖਸ ਨੇ ਜਿਹੜੇ ਪਬਲਿਸਿਟੀ ਲੈਣ ਲਈ ਆਪਣੇ ਫਿਲਮ ਨੂੰ ਜਾਣ ਕੇ ਬੜਾਵਾ ਦੇ ਰਹੇ ਨੇ ਫਿਲਮ ਨੂੰ, ਆਪਾਂ ਬਿਲਕੁਲ ਵੀ ਫਿਲਮ ਨਹੀਂ ਚੱਲਣ ਲੱਗੇ। ਮੈਂ ਕਹਿੰਦਾ ਚਾਹੇ ਜੋ ਮਰਜ਼ੀ ਹੋਵੇ ਜੀ, ਇਹ ਫਿਲਮ ਦਾ ਬਾਇਕਾਟ ਹੋਏਗਾ, ਫਿਲਮ ਬਿਲਕੁਲ ਨਹੀਂ ਚੱਲਣ ਦਿੱਤੀ ਜਾਏਗੀ, ਕਿਉਂਕਿ ਸਾਡੇ ਸੈਨਿਕ ਬੈਠੇ ਨੇ ਸਾਡੀ ਸੁਰੱਖਿਆ ਲਈ। ਅਸੀਂ ਦੇਖੋ ਤੁਸੀਂ ਪੱਤਰਕਾਰ ਸਾਹਿਬ, ਮੈਂ ਦੇਖ ਲਓ ਕਿੰਨਾ ਆਰਾਮ ਨਾਲ ਇੱਥੇ ਬੈਠੇ ਹਾਂ, ਐਸ਼ ਕਰ ਰਹੇ ਹਾਂ ਜੀ, ਸਾਡੇ ਸੈਨਿਕ ਬੈਠੇ ਨੇ ਕਿੱਥੇ ਸਾਡੀ ਸੁਰੱਖਿਆ ਲਈ, ਔਰ ਇਹ ਲੋਕ ਪੈਸੇ ਕਮਾਉਣ ਲਈ ਦੇਖੋ ਕਿੱਦਾਂ ਸਾਡੇ ਭਾ ਸਾਡੇ ਮੈਂ ਕਹਿੰਦਾ ਸੋਚਣਾ ਚਾਹੀਦਾ ਇਹਨਾਂ ਨੂੰ ਕਿ ਤੁਸੀਂ ਪੈਸਿਆਂ ਲਈ ਕੀ ਕਰ ਰਹੇ ਹੋ। ਫਿਲਮ ਬਣਾਉਣੀ ਹੈ ਤੁਸੀਂ ਹਿੰਦੁਸਤਾਨ ਪ੍ਰਤੀ ਬਣਾਓ, ਹਿੰਦੁਸਤਾਨ ਜਿੰਦਾਬਾਦ ਦੇ ਨਾਰੇ ਲਗਾਓ, ਪਰ ਤੁਸੀਂ ਲੋਕ ਬਾਈਕਾਟ, ਮੈਂ ਇਹ ਫਿਲਮ ਦਾ ਬਾਈਕਾਟ ਕਰਾਊਂਗਾ ਔਰ ਫਿਲਮ ਪੂਰੇ ਪੰਜਾਬ ਸੈਂਸਰ ਬੋਰਡ ਨੂੰ ਸੋਚਣਾ ਚਾਹੀਦਾ, ਇਹ ਫਿਲਮ ਦਾ ਬਾਈਕਾਟ ਕਰਨਾ ਚਾਹੀਦਾ। ਪਾਕਿਸਤਾਨ 14 ਅਗਸਤ 1947 ਜਦੋਂ ਆਜ਼ਾਦ ਹੋਇਆ ਉਦੋਂ ਜਿਹੜੀ ਹਿੰਦੂ ਅਤੇ ਸਿੱਖਾਂ ਦੀ ਆਬਾਦੀ ਸੀ ਨਾ 15% ਆਬਾਦੀ ਹੁੰਦੀ ਸੀ, ਅੱਜ ਉੱਥੇ 1-1.5% ਆਬਾਦੀ ਹੈ। ਕਿੱਥੇ ਗਿਆ ਮੇਰਾ ਹਿੰਦੂ ਭਰਾ, ਅਗਰ ਐਡਾ ਹੀ ਭਾਈਚਾਰਾ ਹੈ ਤਾਂ ਕਿੱਥੇ ਗਿਆ ਹਿੰਦੂ ਸਿੱਖ? ਕਿਆ ਨਹੀਂ ਡਾਇਰੈਕਟਰ ਨੂੰ ਇਹ ਨਹੀਂ ਦਿਖਾਉਣਾ ਚਾਹੀਦਾ ਕਿ ਜਿਹੜੇ ਸਾਡੀਆਂ ਕੁੜੀਆਂ ਦੇ ਧਰਮ ਪਰਿਵਰਤਨ ਜਾਣ ਜਾਣ ਕੇ ਕਰਾਏ ਜਾ ਰਹੇ ਆ, ਅਗਰ ਆਪਾਂ ਉਹ ਦਿਖਾ ਕੇ ਸਾਡੇ ਹਿੰਦੂ ਕੁੜੀਆਂ ਇੱਥੇ ਦੀਆਂ ਜਾਗਰੂਕ ਕਰ ਜਾਣ, ਉਹ ਹੀ ਡਾਇਰੈਕਟਰ ਅਗਰ ਕਰ ਲੈਂਦਾ, ਪ੍ਰੋਡਿਊਸਰ ਕਰ ਲੈਂਦਾ, ਤਾਂ ਕਿਆ ਜਿੱਥੇ ਹੁਣ 200 ਕਰੋੜ ਦੀ ਗੱਲ ਕਰਦੇ ਨੇ 300-400 ਕਰੋੜ ਨਾ ਕਮਾ ਕੇ ਜਾਂਦੀ ਫਿਲਮ? ਫਿਰ ਬੈਠੇ ਹਾਂ ਨਾ ਅਸੀਂ ਵੀ, ਫਿਰ ਇਹ ਗੱਲ ਨੂੰ ਲਾ ਲਓ, ਅਸੀਂ ਤਾਂ ਵਿਹਲੇ ਹਾਂ, ਇਹ ਤਾਂ ਬਹਿ ਜਾਂਗੇ ਉੱਧਰ ਜਾ ਕੇ ਥੀਏਟਰਾਂ ਦੇ ਬਾਹਰ, ਫਿਰ ਲਾ ਕੇ ਦਿਖਾਈਓ ਫਿਲਮ। ਪੰਜਾਬ ਦੇ ਲੋਕਾਂ ਦੀਆਂ, ਹਿੰਦੁਸਤਾਨ ਦੀ ਲੋਕਾਂ ਦੀਆਂ ਭਾਵਨਾ ਨਾਲ ਖਿਲਵਾੜ ਕੀਤਾ ਜਾ ਰਿਹਾ, ਦਿਖਾਇਆ ਜਾਂਦਾ ਵੀ ਪਾਕਿਸਤਾਨ ਦੇ ਲੋਕ ਬੜੇ ਚੰਗੇ ਨੇ, ਕਿ ਸਾਨੂੰ ਪਾਕਿਸਤਾਨ ਇੱਕ ਪੰਜਾਬ ਦੇ ਮੁੰਡੇ ਨੂੰ ਪਾਕਿਸਤਾਨ ਦੀ ਕੁੜੀ ਨਾਲ ਪਿਆਰੇ ਪ੍ਰੇਮ ਹੋ ਜਾਂਦਾ, ਪਾਕਿਸਤਾਨ ਪੰਜਾਬ ਦੇ ਮੁੰਡੇ ਨੂੰ ਹਿੰਦੁਸਤਾਨ ਦੇ ਮੁੰਡੇ ਨੂੰ ਪਾਕਿਸਤਾਨ ਦੀ ਕੁੜੀ ਨਾਲ ਪ੍ਰੇਮ ਹੋ ਜਾਂਦਾ। ਮੈਂ ਤਾਂ ਗੁਰੂ ਰੰਧਾਵਾ ਜੀ ਨੂੰ ਇਹ ਕਿਹਾ ਵੀ ਇਹ ਕਿਉਂ ਨਹੀਂ ਪੁੱਛਦੇ ਜਾ ਕੇ ਫਿਲਮ 'ਚ, ਇਹ ਕਿਉਂ ਨਹੀਂ ਦਿਖਾਉਂਦੇ ਕਿ ਜਿਹੜੀ 1947 ਤੋਂ ਬਾਅਦ ਸਾਡੀ ਹਿੰਦੂ ਸਿੱਖਾਂ ਦੀ ਉੱਥੇ ਆਬਾਦੀ 15% ਸੀ, ਅੱਜ 2% ਕਿਉਂ ਰਹਿ ਗਈ? ਇਹ ਕਿਉਂ ਨਹੀਂ ਦਿਖਾਉਂਦੇ ਫਿਲਮ 'ਚ ਸਾਡੇ ਗੁਰਦੁਆਰੇ ਕਿੱਦਾਂ ਤੋੜੇ ਜਾਂਦੇ ਨੇ, ਸਾਡੇ ਮੰਦਿਰ ਪਾਕਿਸਤਾਨ 'ਚ ਕਿੱਦਾਂ ਤੋੜੇ ਜਾਂਦੇ ਨੇ, ਸਾਡੀ ਕੁੜੀਆਂ ਨੂੰ
ਚੱਕ ਕੇ ਜ਼ਬਰਦਸਤੀ ਧਰਮ ਪਰਿਵਰਤਨ ਕਰਾ ਕੇ ਉਹਨਾਂ ਨਾਲ ਵਿਆਹ ਕਿੱਦਾਂ ਕਰਾਏ ਜਾਂਦੇ ਨੇ, ਇਹ ਫਿਲਮ 'ਚ ਕਿਉਂ ਨਹੀਂ ਦਿਖਾਉਂਦੇ? ਕਾਰਗਿਲ ਯੁੱਧ ਕਿਉਂ ਨਹੀਂ ਦਿਖਾਉਂਦੇ? ਕਿਉਂ ਨਹੀਂ ਦਿਖਾਉਂਦੇ ਵੀ ਪਾਕਿਸਤਾਨ ਦੀ ਸ਼ਹਿਦ ਉੱਤੇ ਅੱਤਵਾਦੀਆਂ ਦੁਆਰਾ ਸੰਸਦ ਦੇ ਹਮਲਾ ਕੀਤਾ ਗਿਆ? ਇਹ ਕਿਉਂ ਨਹੀਂ ਦਿਖਾਉਂਦੇ ਵੀ ਕਾਰਗਿਲ ਯੁੱਧ ਕੀਤਾ ਗਿਆ? ਇਹ ਕਿਉਂ ਨਹੀਂ ਦਿਖਾਉਂਦੇ ਵੀ ਪੰਜਾਬ 'ਚ ਜਿਹੜਾ ਹਿੰਦੂ ਸਿੱਖਾਂ ਦਾ ਕਤਲੇਆਮ ਹੋਇਆ ਉਹ ਪਾਕਿਸਤਾਨ ਦੀ ਸ਼ਹਿਦ 'ਤੇ ਹੋਇਆ? ਇਹ ਕਿਉਂ ਨਹੀਂ ਦਿਖਾਉਂਦੇ? ਮੈਂ ਤਾਂ ਸਵਾਲ ਕੀਤੇ ਗੁਰੂ ਰੰਧਾਵਾ ਨੂੰ ਅਗਰ ਪ੍ਰੇਮ ਹੈ ਪਾਕਿਸਤਾਨ ਦੇ ਨਾਲ ਤਾਂ ਉਹਨੂੰ ਪਾਕਿਸਤਾਨ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਇਹਨੂੰ। ਬਿਲਕੁਲ, ਅਗਰ ਫਿਲਮ ਲੱਗੀ ਤਾਂ ਪੰਜਾਬ ਭਰ ਦੇ ਥੀਏਟਰਾਂ 'ਚ ਵੜ ਕੇ ਅਸੀਂ ਵਿਰੋਧ ਕਰਾਂਗੇ। ਬਿਲਕੁਲ ਸਾਫ਼ ਕਹਿ ਰਹੇ ਹਾਂ, ਵਿਰੋਧ ਕਰਾਂਗੇ ਵੀ ਤੁਸੀਂ ਕਿਉਂ ਨਹੀਂ ਦਿਖਾਉਂਦੇ? ਤੁਸੀਂ ਉੱਥੇ ਫਿਲਮਾਂ ਦੇ ਵਿੱਚ ਹਿੰਦੁਸਤਾਨ ਮੁਰਦਾਬਾਦ ਦੇ ਨਾਰੇ ਲਾਏ ਜਾਂਦੇ ਨੇ, ਕਿਉਂ ਨਹੀਂ ਬੰਦ? ਫਿਲਮ ਦੇ ਕਿਸੇ ਸੀਨ ਨੂੰ ਲੈ ਕੇ ਵਿਰੋਧ ਆ ਕਿ ਸਾਰੀ ਫਿਲਮ ਨੂੰ ਲੈ ਕੇ ਵਿਰੋਧ? ਦੇਖੋ, ਜਿਸ ਫਿਲਮ ਦੇ ਵਿੱਚ ਤੁਸੀਂ ਹਿੰਦੁਸਤਾਨ ਮੁਰਦਾਬਾਦ, ਪਾਕਿਸਤਾਨ ਜ਼ਿੰਦਾਬਾਦ ਕਿਉਂ ਵਾਏ ਦੱਸੋ ਨਾ, ਕਦ ਲਈ ਫਿਲਮ ਚਲਾਣੀ ਹਿੰਦੁਸਤਾਨ ਦੇ ਵਿੱਚ ਤੇ ਹਿੰਦੁਸਤਾਨ ਮੁਰਦਾਬਾਦ ਦੇ ਨਾਰੇ ਦਿਖਾਣੇ? ਕੱਦ ਲਈ ਸੀਨ ਕੱਟ ਦਿੱਤੇ ਜਾਂਦੇ ਆ, ਸੈਂਸਰ ਕੋਲ ਦੁਆਰਾ ਪਾਸ ਕਰਾਈ ਜਾਂਦੀ ਆ? ਬਿਲਕੁਲ, ਉਹ ਬਾਅਦ ਦੀ ਗੱਲ ਹੈ ਨਾ, ਪਹਿਲੀ ਗੱਲ ਸਿੱਧੀ ਗੱਲ ਹੈ। ਅਗਰ ਮੇਰਾ ਕਹਿਣਾ ਫਿਰ ਕਹਿੰਦਾ ਪਿਆ, ਸਾਫ਼ ਕਹਿੰਦਾ ਪਿਆ, ਹਾਲਾਤ ਦਿਖਾਉਣਾ, ਕਹਾਣੀਆਂ ਨਾ ਦਿਖਾਓ ਸਾਨੂੰ ਹਿੰਦੂ ਦੇ ਮੁੰਡੇ ਤਾਂ ਪੰਜਾਬ ਦੇ ਮੁੰਡੇ ਨੂੰ, ਹਿੰਦੁਸਤਾਨ ਦੇ ਮੁੰਡੇ ਨੂੰ ਪਾਕਿਸਤਾਨ ਦੀ ਕੁੜੀ ਨਾਲ ਪ੍ਰੇਮ ਹੋ ਗਿਆ। ਮੈਂ ਤਾਂ ਕਹਿੰਦੇ ਦਿਖਾਓ ਜਿਹੜੀਆਂ ਸਾਡੀਆਂ ਕੁੜੀਆਂ ਮੁਸਲਮਾਨ ਬਣ ਗਈਆਂ ਉਹਨਾਂ ਦੇ ਕੀ ਹਾਲਾਤ ਨੇ ਪਾਕਿਸਤਾਨ 'ਚ, ਉਹ ਦਿਖਾਓ। ਜਿਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਾਇਆ ਗਿਆ ਉਹਨਾਂ ਦੇ ਇਸ ਵਕਤ ਕੀ ਹਾਲਾਤ ਨੇ? ਇਹ ਕਿਉਂ ਨਹੀਂ ਗੁਰੂ ਰੰਧਾਵਾ ਜੀ ਦਿਖਾਉਂਦੇ? ਸਿਰਫ ਇਹੀ ਦਿਖਾਉਣਾ ਵੀ ਹਿੰਦੁਸਤਾਨ ਦੇ ਮੁੰਡੇ ਨੂੰ ਕੁੜੀ ਨਾਲ ਪਿਆਰ ਹੋ ਗਿਆ, ਪਾਕਿਸਤਾਨ ਦੇ ਲੋਕ ਬੜੇ ਚੰਗੇ ਨੇ, ਬਾਈ ਕਿਉਂ ਦੱਸੋ ਨਾ। ਅੱਜ ਕੱਲ੍ਹ ਲੋਕ ਸੋਸ਼ਲ ਮੀਡੀਆ ਦੇ ਵੀ ਕਹਿੰਦੇ ਨੇ, ਕਹਿੰਦੇ ਸਿੱਧੀ ਸਟੰਟ ਵੀ ਚੱਲਦਾ ਵਾ ਕਿ ਫਿਲਮ ਨੂੰ ਹਿੱਟ ਕਰਨਾ ਹੋਵੇ ਤਾਂ ਉਹਦਾ ਵਿਰੋਧ ਕਰਾ ਦਿੱਤਾ ਜਾਂਦਾ ਵਾ। ਬਿਲਕੁਲ ਚੱਲਦਾ ਜੀ, ਬੜਾ ਕੁਛ ਹੁੰਦਾ ਜੀ ਉੱਦਾਂ ਦਾ, ਬੜਾ ਕੁਛ ਹੁੰਦਾ। ਕਹਿੰਦਾ ਫਿਰ ਕਹਿੰਦਾ ਜਿਵੇਂ ਕੰਗਨਾ ਰਣੌਤ ਦੀ ਫਿਲਮ ਆਈ ਐਮਰਜੈਂਸੀ, ਉਹਦਾ ਵਿਰੋਧ ਕਿਸੇ ਹੋਰ ਨਾਲ ਨਹੀਂ ਕੀਤਾ, SGPC ਨੇ ਕਰਤਾ ਤਾਂ ਕਿ ਫਿਲਮ ਹਿੱਟ ਹੋ ਸਕੇ। ਦੇਖੋ ਜੀ, ਇੱਕ ਇਹੋ ਜਿਹੀ ਫਿਲਮ ਪੰਜਾਬ 'ਚ ਲਾਂਚ ਹੋਣ ਜਾ ਰਹੀ ਹੈ, ਸਾਡੀ ਜਨਰੇਸ਼ਨ ਨੂੰ ਕਿਹੋ ਜਿਹੀ ਫਿਲਮ ਦਿਖਾਉਣ ਦੀ ਸਾਜ਼ਿਸ਼ ਦਿੱਤੀ ਜਾ ਰਹੀ ਹੈ, ਜਿਹਦੇ ਵਿੱਚ ਪਾਕਿਸਤਾਨ ਦੀ ਵਡਿਆਈ ਕੀਤੀ ਗਈ ਆ, ਦਿਖਾ ਕੇ ਨੂੰ ਰਹੇ ਹਿੰਦੁਸਤਾਨੀਆਂ ਨੂੰ ਉਹ ਮੁਲਕ ਵੀ ਜਿਹਨੇ ਨੇ ਅਟੈਕ ਕਰਾਏ ਪੰਜਾਬ ਦੇ ਅੰਦਰ, ਪੰਜਾਬ ਤੋਂ ਆਲ ਇੰਡੀਆ ਦੇ ਵਿੱਚ ਪੁਲਵਾਮਾ ਅਟੈਕ, 26/11 ਦਾ ਅਟੈਕ, ਐਡੇ ਸਾਡੇ ਹਿੰਦੁਸਤਾਨੀ ਭਰਾ ਮਾਰੇ, ਔਰ ਉਸ ਫਿਲਮ ਦੇ ਪਾਕਿਸਤਾਨ ਨੂੰ ਵਡਿਆਰਾ ਦਿਖਾ ਰਹੇ ਨੇ, ਸਾਡੀ ਜਨਰੇਸ਼ਨ ਉੱਤੇ ਕੀ ਬੀਤੂਗੀ? ਉਹ ਕੀ ਸਿੱਖਣਗੇ? ਪਾਕਿਸਤਾਨ ਸਾਡਾ ਮਿੱਤਰ ਦੇਸ਼ ਹੈ, ਜਿਹਨੇ ਪੂਰੇ ਅੱਜ ਤੱਕ ਹਿੰਦੁਸਤਾਨ ਨੂੰ ਤਬਾਹ ਕਰਨ ਵਾਲਾ ਕੰਮ ਹੀ ਕੋਈ ਨਹੀਂ ਕੀਤਾ ਉਹਨੇ, ਪਰ ਅਸੀਂ ਫਿਲਮਾਂ 'ਚ ਕਿਉਂ ਲੱਗਣ ਦੇ ਪੰਜਾਬ ਦੇ ਅੰਦਰ? ਵਾਏ, ਅਸੀਂ ਆਪਦੀ ਜਨਰੇਸ਼ਨ ਨੂੰ ਸਹੀ ਰਾਹ ਪਾਉਣਾ, ਨਾ ਕਿ ਅਸੀਂ ਪਾਕਿਸਤਾਨ ਨਾਲ ਪਿਆਰ ਦਿਖਾਉਣਾ ਆ। ਔਰ ਤੁਸੀਂ ਉਸ ਫਿਲਮ ਦੇ ਵਿੱਚ ਜ਼ਿੰਦਾਬਾਦ ਦੇ ਨਾਰੇ ਲਵਾ ਕੇ ਸਾਡੇ ਥੀਏਟਰਾਂ 'ਚ ਲਾਓਗੇ, ਇਹ ਸ਼ਬਦ ਨਾ ਕਦੇ ਨਾ ਬਰਦਾਸ਼ਤ ਕੀਤਾ ਸੀ, ਨਾ ਕਦੇ ਕਰੂੰਗਾ। ਅਸੀਂ ਵਿਰੋਧ ਕਰਦੇ ਸੀ, ਕਰਦੇ ਰਵਾਂਗੇ, ਔਰ ਇਸ ਫਿਲਮ ਨੂੰ ਬੰਦ ਕਰਾਉਣ ਲਈ ਸਾਨੂੰ ਜੇ ਸੱਤਰ ਜਾਣਾ ਪਿਆ ਅਸੀਂ ਜਾਵਾਂਗੇ। ਉਹ ਫਿਰ ਸਿਨੇਮਾ ਹਾਲ ਆਪ ਜ਼ਿੰਮੇਵਾਰ ਹੋਊਗਾ, ਜੇ ਫਿਲਮ ਲਾਊਗਾ ਤਾਂ ਫਿਰ ਸਾਨੂੰ ਨਹੀਂ ਕਹਿਣਾ ਅਸੀਂ ਆਪਦੇ ਦੇਸ਼ ਦੇ ਵਿੱਚ ਪਾਕਿਸਤਾਨ ਜ਼ਿੰਦਾਬਾਦ ਨਾਰੇ ਨਹੀਂ ਲੱਗਣ ਦੇਣੇ। ਬਿਲਕੁਲ ਜੀ, ਇਹਦੀ ਕੰਪਲੇਂਟ ਵੀ ਮਾਨਯ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਦੇ ਦਿੱਤੀ ਗਈ ਆ, ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਵੀ ਫਿਲਮ ਰੁਕਵਾਵਾਂਗੇ, ਜੇ ਬਾਅਦ ਨਹੀਂ ਰੁਕਦੀ ਜਾਂ ਸਮਝ ਲਓ ਇਹੋ ਜਿਹੇ, ਇਹਦਾ ਦੇਖੋ ਕਲਾਕਾਰ ਤੇ ਵਿਕਾਊ ਕਲਾਕਾਰ ਨੇ ਲੋਕ, ਇਹ ਥੁੱਕਾ ਚੱਟ ਲੈਂਦੇ ਪੈਸੇ ਪਿੱਛੇ, ਇਹਨਾਂ ਨੇ ਦੀਨ ਮਾਨ ਦੇਸ਼ ਭਗਤੀ ਮਜ਼ਹਬ ਤਾਂ ਕੋਈ ਵੱਡੀ ਗੱਲ ਹੈ ਹੀ ਨਹੀਂ, ਧਰਮ ਤੋਂ ਵੱਡਾ ਇਹਨਾਂ ਤਾਂ ਹੈ ਨਹੀਂ, ਪੈਸਾ ਨਹੀਂ ਵੱਡਾ ਵਾ, ਇਹ ਲੋਕ ਐਡੇ ਗਿਰੇ ਹੋਏ ਨੇ ਵੀ ਆਪਦੇ ਘਰ ਦੀ ਬੋਲੀਆਂ ਵੀ ਲਾ ਦੇਣਗੇ ਪੈਸੇ ਪੈਸੇ ਪਿੱਛੇ। ਠੀਕ ਹੈ ਜੀ, ਅਸੀਂ ਸਰਕਾਰ ਨੂੰ ਕਿ ਵੀ ਇਹਨਾਂ ਚੰਦ ਬੰਦਿਆਂ ਪਿੱਛੇ ਪੰਜਾਬ ਦਾ ਮਾਹੌਲ ਨਾ ਖਰਾਬ ਕੀਤਾ ਜਾਵੇ, ਦੇਸ਼ ਦਾ ਮਾਹੌਲ ਨਾ ਖਰਾਬ ਕੀਤਾ ਜਾਵੇ, ਇਹ ਫਿਲਮ ਰੋਕੀ ਜਾਵੇ। ਨਹੀਂ ਰੁਕਦੀ ਫਿਰ ਜੋ ਨੁਕਸਾਨ ਹੋਊਗਾ ਉਹ ਸੈਂਸਰ ਬੋਰਡ ਅਤੇ ਪ੍ਰਸ਼ਾਸਨ ਆਪ ਜ਼ਿੰਮੇਵਾਰ ਹੋਊਗਾ।